यमुना जैदी की डेब्यू फिल्म नायाब का ऑफिशियल पोस्टर जारी पाकिस्तान शोबिज इंडस्ट्री दरूफ तूबरू अदाकारा यमुना जैदी की डेब्यू फिल्म नायाब ना याद रखना का ऑफिशियल पोस्टर जारी कर दिता गया फोटो एंड वीडियो शेयरिंग प्लेटफॉर्म इंस्टाग्राम से अदाकारा ने पोस्ट शेयर करद हो अपनी नवी फिल्म का बाजाबता ऐलान कर दता उन्होंने फिल्म का ऑफिशियल पोस्टर शेयर करद खुशी का इजहार किया तो लिखिया के आइए चलते अपने ਪਹਿਲੇ ਅਫੀਸ਼ੀਅਲ ਪੋਸਟਰ ਦੇ ਨਾਲ ਨਾਇਾਬ ਦੀ ਦੁਨੀਆ ਵਿੱਚ ਕਦਮ ਰੱਖਦੇ ਆں اسی ਜੋਸ਼ ਤੇ ਜਜ਼ਬੇ ਦੇ ਨਾਲ ਉਹ ਸਾਡੇ مرکزی ਕਿਰਦਾਰ ਵਿੱਚ ਨਜ਼ਰ ਆ ਰਿਹਾ ਉਹਨਾਂ ਨੇ ਫਿਲਮ ਦਾ ਖੁਲਾਸਾ بیان ਕਰਦੇ ਹੋਏ ਆ مزید ਲਿਖਿਆ ਕਿ ਇਸ ਦੁਨੀਆ ਦੀ ਅਫਰਾ ਤਫਰੀਦ ਖਵਾਬਾਂ ਨੂੰ ਹਾਸਲ ਕਰਨ ਦੀ ਖੁਆਇਸ਼ ਦੌੜ ਵਿੱਚ ਸਾਡੇ ਨਾਲ ਸ਼ਾਮਿਲ ਹੋ ਜਾਣ ਇੱਕ ਪਰਜੋਸ਼ ਤੇ ਜ਼ਿੰਦਗੀ ਦੇ ਉਤਾਰ ਚੜਾਓ ਤੋਂ ਭਰਪੂਰ ਕਹਾਣੀ ਲਈ ਤਿਆਰ ਰਵਣ 우ਮੈਰ ਨਸਾਰ ਅਲੀ ਦੀ ਹਿਦਾਇਤਕਾਰੀ ਵਿੱਚ ਬੜਾ ਨਾਲੀ ਫਿਲਮ ਨਾਇਾਬ ਨਾ ਯਾਦ ਰੱਖਣਾ ਤੂੰ ਯਮਨਾ ਜ਼ਾਦੀ ਪਹਿਲੀ ਵਾਰ ਵੱਡੇ ਪਰਦੇ ਤੇ ਜਲਵਾ ਗਰ ਹੋਣ ਵਾਲੀਆਂ ਨੇ ਅਦਾਕਾਰਾ ਫਿਲਮ ਵਿੱਚ ਕ੍ਰਿਕਟਰ ਦਾ ਕਿਰਦਾਰ ਨਿਭਾਰੀਆਂ ਨੇ ਤੇ ਇਸ ਦੇ ਇਲਾਵਾ ਫਿਲਮ ਰੂਮੀਨਾ ਉਮੈਰ ਤੇ ਉਮੈਰ ਇਰਫਾਨੀ ਦੀ ਪੇਸ਼ਕਸ਼ ਹੈ ਤੇ ਫਿਲਮ ਦਾ ਸਕ੍ਰੀਨ ਪਲੇ ਅਲੀ ਅਬਾਸ ਨਕਵੀ ਤੇ ਬਾਸਿਤ ਨਕਵੀ ਨੇ ਲਿਖਿਆ ਹੈ